ਓਹੋ ਮੰਮੀ ਮੈਂ ਨਹੀਂ ਆ ਸਲਾਈ ਸਲੂਈ ਸਿੱਖਣੀ ਨਾ ਸਲਾਈ ਨਾ ਕਢਾਈ ਮੇਰੇ ਲਈ ਜੇ ਮੁੰਡਾ ਲੱਭਣਾ ਨਾ ਜਾਂ ਤੇ ਸਰਕਾਰੀ ਨੌਕਰੀ ਵਾਲਾ ਲੱਭਿਓ ਜਾਂ ਬਾਹਰ ਵਾਲਾ ਮੈਂ ਇਹੋ ਜਿਹੇ ਕੰਮ ਨਹੀਂ ਕਰਨੇ ਸਹੁਰੇ ਜਾ ਕੇ ਤੇ ਉਹ ਮੈਨੂੰ ਵੀ ਇਦਾਂ ਦਾ ਲਿਆ ਦੀ ਮੈਂ ਤੈਨੂੰ ਪੈਸੇ ਦੇ ਦੂੰਗੀ ਕਿਉਂ ਤੈਨੂੰ ਸ਼ਹਿਰ ਨਹੀਂ ਦੇਖਦਾ ਤਾਈ ਵੀ ਇਸ ਵੇਲੇ ਸਾਰੇ ਕੀ ਖਾ ਲੈਂਦੀ ਆ ਸਾਰੀ ਜੜੀ ਤੱਤਾ ਹੀ ਬੋਲਦੀ ਰਹਿੰਦੀ ਆ ਉਦਾਂ ਹੀ ਉਹਨਾਂ ਨੇ ਗੱਲ ਦਾ ਪਤੰਗੜ ਬਣਾਤਾ ਸੀ ਕੁਖ ਨਹੀਂ ਗਿਆ ਜਿਹੜੀ ਗੱਲ ਮੈਂ ਸੱਚੀ ਗੱਲ ਕਰਦੀ ਆ ਮੀਣ ਪੂੜਾ ਨਹੀਂ ਕਰੀਦਾ ਉਹਨੂੰ ਉਹਦੇ ਵਾਂਗੋ ਤੂੰ ਬਥੇਰਾ ਕੋ ਜੋ ਉਹਨੂੰ ਆਨੀ ਆ ਚੰਗਾ ਜਦੋਂ ਜਾਏਂਗੇ ਸਹੁਰੇ ਆਪ ਤੇ ਮਾਲ ਪਤਾ ਲੱਗ ਜਾਣਾ ਮਾਂ ਆ ਕੇ ਸੱਚੀ ਹੋ ਜਾਂਦੀਆਂ ਨੇ ਫਿਰ ਕੀ ਕਹਿਤਾ ਵਾ ਆਪਣੀਆਂ ਨਹੀਂ ਨਾ ਦੱਸਣੀਆਂ ਜਾ ਕੇ ਸਾਡੀਆਂ ਟੱਲ ਤੇ ਚਾੜ ਦਿੰਦੇ ਆ ਉਹੀ ਗੱਲ ਨਹੀਂ ਉਹ ਤੇਰੇ ਸੂਟਾਂ ਤੇ ਆਈ ਆ ਬਥੇਰੇ ਉਹਨਾਂ ਵਨਸੋਂ ਦੇ ਸੂਟ ਬਣਾ ਬਣਾ ਕੇ ਦੇਣੀ ਇਹਦਾ ਉਦਾਂ ਹੀ ਤੇ ਰਾਜਿਆ ਨਹੀਂਗਾ ਸਗਾਰ ਦਾ ਭੈਣ ਜੀ ਜਾਂ ਤੇ ਆਪਣੀ ਕੁੜੀ ਨੂੰ ਸਮਝਾ ਲਓ ਇਹ ਬਹੁਤ ਬੋਲਦੀ ਜੀ ਹਰ ਇੱਕ ਗੱਲ ਦੇ ਵਿੱਚ ਨਹੀਂ ਤਾਂ ਮੈਂ ਤੁਹਾਡੇ ਘਰ ਆਉਣਾ ਛੱਡ ਦੇਣਾ ਜੇ ਨਹੀਂ ਕਰਤ ਮੈਂ ਉਦੋਂ ਹੀ ਦੇਣੀ ਸੀ ਮੈਂ ਵੀ ਢਿੱਡ 'ਚ ਰੱਖੀ ਸੀ ਮੈਂ ਵੀ ਇਹੋ ਹੀ ਸੋਚਿਆ ਵੀ ਜਦੋਂ ਕੋਈ ਵੇਲਾ ਆਵੇਗਾ ਨਾ ਉਦੋਂ ਹੀ ਕਰੂੰਗੀ ਹੋਰ ਕਿੱਦਾਂ ਕੁੜੀ ਸਾਡੀ ਦਾ ਫਿਰ ਕੁੜੀ ਦਾ ਤੁਹਾਨੂੰ ਕੀ ਦੱਸਾਂ ਮੈਨੂੰ ਤੁਸੀਂ ਕੀ ਦੱਸਣਾ ਆ ਮੈਨੂੰ ਤਾਂ ਪਹਿਲਾਂ ਹੀ ਪਤਾ ਆ ਗਿੱਠ ਲੰਮੀ ਜ਼ਬਾਨ ਆ ਕੁੜੀ ਦੀ ਹੁਣ ਲੱਗੋ ਇਹਦੀ ਮਾਂ ਨੂੰ ਪਤਾ ਬਹੁਤ ਹੀ ਬੀਬੀ ਕੁੜੀ ਹੈ ਭੈਣ ਜੀ ਮੈਂ ਤਾਂ ਕਿਤੇ ਮੋਤੀ ਪੁੰਨ ਕੀਤੇ ਆ ਜੇ ਇਹੋ ਜਿਹੀ ਮੈਨੂੰ ਧੀ ਟੱਕਰੀ ਹੈ ਕਿਤੇ ਮੰਜੀ ਉਹ ਪੁੰਜੇ ਪੈਰ ਨਹੀਂ ਮੈਨੂੰ ਲਾਉਣ ਦਿੰਦੀ ਮੰਜੀ 'ਤੇ ਰੋਟੀ ਮੰਜੀ 'ਤੇ ਪਾਣੀ ਕਿਤੇ ਇੰਨੀ ਸੇਵਾ ਕਰਦੀ ਹੈ ਨਾ ਕਿਤੇ ਕਹਿਣ ਦੀ ਗੱਲ ਨਹੀਂ ਮਹਾਰਾਜ ਇਹੋ ਜਿਹੀ ਹਰ ਇੱਕ ਨੂੰ ਮੈਂ ਤਾਂ ਨਹੀਂ ਨੂੰਹ ਧੀ ਦੇ ਜਿਹੋ ਜਿਹੀ ਮੈਨੂੰ ਦਿੱਤੀ ਆ ਹਾਂਜੀ ਹਾਂਜੀ ਭੈਣ ਜੀ ਕੁੜੀ ਤੁਹਾਡੀ ਬਹੁਤ ਸਿਆਣੀ ਆ ਬਹੁਤ ਸਿਆਣੀ ਭੈਣ ਜੀ ਕੁੜੀ ਕਿਤੇ ਇੰਨੀ ਚੰਗੀ ਹੈ ਨਾ ਕਿਤੇ ਇਕੱਲੀ ਘਰੋਂ ਪੈਰ ਨਹੀਂ ਪੁੱਟਦੀ ਜਿੱਥੇ ਵੀ ਜਾਣਾ ਨਾਲ ਮੈਨੂੰ ਲੈ ਕੇ ਜਾਂਦੀ ਅੱਜ ਇੱਥੇ ਪੇਕੇ ਹੀ ਆਉਣਾ ਸੀ ਨਾ ਆਂਦੀ ਮੰਮਾ ਤੁਸੀਂ ਨਾਲ ਜਾਓਗੇ ਤਾਂ ਮੈਂ ਫੇਰ ਆਉਣਾ ਨਹੀਂ ਤਾਂ ਮੈਂ ਨਹੀਂ ਜੇ ਜਾਣਾ ਧੱਕੇ ਨਾ ਮੈਨੂੰ ਠੰਡ ਦੇ ਵਿੱਚ ਨਾਲ ਲੈ ਆਈ ਕੋਈ ਨਹੀਂ ਮਹੀਨਾ ਹੀ ਹੋਇਆ ਅਜੇ ਦੇ ਵਿਆਹ ਨੂੰ ਰੁਕ ਜਾਓ ਸਾਲ ਇੱਕ ਲੱਗ ਜਾਂਦਾ ਤੁਹਾਨੂੰ ਪਤਾ ਭੈਣ ਜੀ ਤੁਸੀਂ ਦੋਵੇਂ ਮਾਂ ਪੁੱਤ ਚੰਗੇ ਤੇ ਮੇਰੀ ਧੀ ਵੀ ਚੰਗੀ ਮੈਂ ਨਹੀਂ ਪਰਮਾਤਮਾ ਇੱਦਾਂ ਤੁਹਾਡਾ ਸਲੂਕ ਬਣਾਈ ਰੱਖੇ ਚਲੋ ਭੈਣ ਜੀ ਠੀਕ ਆ ਮਾਰੋ ਤੁਸੀਂ ਗੱਲਾਂ ਬਾਤਾਂ ਮੈਂ ਆਪ ਜਾਂਦੀ ਹਾਂ ਨਹੀਂ ਨਹੀਂ ਬਹਿ ਜਾਓ ਚਾਹ ਬਣਦੀ ਹੈ ਤੇ ਪੀ ਕੇ ਜਾਇਓ ਹੁਣ ਵੀਰ ਤੁਸੀਂ ਕਿੱਦਣ ਦੇ ਆਏ ਆ ਮੈਂ ਤੇ ਅੱਜ ਹੀ ਆਈ ਹਾਂ ਹਲੇ ਤੁਹਾਡੇ ਗਾੜੀ ਗਾੜੀ ਆਈ ਹਾਂ ਮੰਮੀ ਨੇ ਫੋਨ ਕੀਤਾ ਸੀ ਮੰਮੀ ਆਉਂਦੇ ਵੀ ਉਹਨਾਂ ਨੇ ਆਉਣਾ ਵਾ ਰਾਜਵਿੰਦਰ ਹੋਣਾ ਨੇ ਤੇ ਚਾਹ ਪਾਣੀ ਲਾ ਕੇ ਪਿਆਲ ਪਿਊਲ ਦੇਵਾਂਗੇ ਰਲ ਮਿਲ ਕੇ ਕਿ ਮੈਂ ਲਾਗੇ ਬਹਿ ਕੇ ਗੱਲਾਂ ਬਾਤਾਂ ਕਰ ਲੂੰਗੀ ਕਿ ਮੈਂ ਚਾਹ ਬਣਾਉਂਗੀ ਤੇ ਮੈਂ ਚੱਲ ਕੋਈ ਨਹੀਂ ਮੈਂ ਆ ਜਾਂਦੀ ਹਾਂ ਮੈਂ ਕਿਹੜੀ ਦੂਰ ਹਾਂ ਠੀਕ ਹੈ ਇਸੇ ਬਹਾਨੇ ਮਿਲ ਹੋ ਗਿਆ ਹਾਂਜੀ ਇਹ ਹੈਗੀ ਸਤਿ ਸ਼੍ਰੀ ਅਕਾਲ ਭੈਣ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਨੇ ਬਸ ਵਧੀਆ ਠੀਕ ਠਾਕ ਕੀ ਕਰੀ ਜਾਣ ਡੇ ਕਰਨਾ ਕੀ ਆ ਆ ਸਬਜ਼ੀ ਦੀ ਲੱਗੀ ਆ ਤਿਆਰੀ ਕਰਾਉਣ ਮੈਂ ਵੀ ਆਈ ਹਾਂ ਧਨੀਆ ਲੈਣ ਕੋਈ ਨਹੀਂ ਲੈ ਜਾ ਆ ਵੇ ਬਥੇਰਾ ਧਨੀਆ ਹੋਰ ਸੁਣਾ ਫਿਰ ਹੋਰ ਬਸ ਵਧੀਆ ਠੀਕ ਠਾਕ ਆ ਹੈ ਨਹੀਂ ਹਾਂਜੀ ਕਹਿੰਦੇ ਆ ਵੀ ਤੂੰ ਰਿਸ਼ਤੇ ਬੜੇ ਕਰਾਉਣੀ ਆ ਹਾਂਜੀ ਤੇ ਮੇਰੀ ਕੁੜੀ ਦਾ ਵੀ ਕਰਾ ਹਾਂ ਕੋਈ ਨਹੀਂ ਤੁਹਾਡੀ ਕੁੜੀ ਦਾ ਵੀ ਕਰਾ ਦਾਂਗੇ ਭੈਣ ਜੀ ਗੁੱਸਾ ਨਾ ਕਰਿਓ ਤੁਸੀਂ ਇੱਕ ਦੋ ਰਿਸ਼ਤੇ ਪਹਿਲਾਂ ਵੀ ਵੇਖਿਆ ਸੀ ਨਹੀਂ ਉਹ ਨਹੀਂ ਸੀ ਚੰਗੇ ਉਹ ਮੈਨੂੰ ਨਾ ਪਸੰਦ ਹੀ ਨਹੀਂ ਆਏ ਹੁਣ ਤੁਸੀਂ ਕਿੱਦਾਂ ਦਾ ਲੱਭਦੇ ਜੇ ਨਹੀਂ ਮੈਂ ਤਾਂ ਮੁੰਡਾ ਲੱਭਣੀ ਆ ਵੀ ਇਕੱਲਾ ਇਕੱਲਾ ਹੋਵੇ ਅੱਛਾ ਜੀ ਮੁੰਡਾ ਤਾਂ ਇਕੱਲਾ ਇਕੱਲਾ ਵਾ ਪਰ ਉਹਦਾ ਮਾਂ ਪਿਓ ਵੀ ਹੈ ਨਹੀਂ ਆ ਅਤੇ ਘਰ ਵੀ ਬਣਨ ਵਾਲਾ ਵਾ ਨਹੀਂ ਮਾਂ ਪਿਓ ਤਾਂ ਚਾਹੀਦਾ ਹੀ ਆ ਨਾ ਚਲੋ ਭੈਣ ਭਰਾ ਦੀ ਤਾਂ ਮੈਂ ਗੱਲ ਨਹੀਂ ਕਰਦੀ ਤੈਨੂੰ ਪਤਾ ਹੀ ਆ ਨਨਾ ਨਨਾ ਵੀ ਖਿੱਚ ਖਿੱਚ ਹੁੰਦੀ ਰਹਿੰਦੀ ਆ ਅਤੇ ਭਰਾਵਾਂ ਦੇ ਨਾਲ ਵੰਡ ਵੰਡਾਈਆਂ ਹੁੰਦੀਆਂ ਰਹਿੰਦੀਆਂ ਵਾ ਅਤੇ ਆਪਣਾ ਆਰਾਮ ਨਾਲ ਵਧੀਆ ਰਹੂਗੀ ਕੁੜੀ ਸਾਡੀ ਭੈਣ ਜੀ ਮੁੰਡਾ ਤਾਂ ਇਕੱਲਾ ਇਕੱਲਾ ਹੀ ਆ ਪਰ ਇਹ ਆ ਵੀ ਘਰ ਬਣਨ ਵਾਲਾ ਨੌਕਰੀ ਸਰਕਾਰੀ ਹੈਗੀ ਉਹਦੀ ਚੱਲ ਕੋਈ ਨਹੀਂ ਨੌਕਰੀ ਤਾਂ ਹੈਗੀ ਆ ਨਾ ਸਰਕਾਰੀ ਅਤੇ ਆਪੇ ਘਰ ਬਣ ਜਾਣਾ ਆ ਆਹੋ ਤੇ ਇਹਨੂੰ ਕੁੜੀ ਨੂੰ ਵੀ ਜ਼ਿੰਮੇਵਾਰੀ ਆਪਣੇ ਘਰ ਦੀ ਸਮਝਣੀ ਪੈਣੀ ਆ ਨਾ ਜਦੋਂ ਘਰ 'ਚ ਹੋਣਾ ਹੀ ਇਹਨੇ ਇਕੱਲੀ ਨਹੀਂ ਆ ਅਤੇ ਜ਼ਿੰਮੇਵਾਰੀ ਤਾਂ ਇਹਨੇ ਆਪੇ ਸਮਝਣੀ ਆ ਹਾਂਜੀ ਇਹ ਗੱਲ ਦਾ ਨਾ ਤੂੰ ਫਿਕਰ ਕਰੀ ਜ਼ਿੰਮੇਵਾਰੀ ਉਹਨੇ ਵਾਧੂ ਚੁੱਕ ਲੈਣੀ ਆ ਕੋਈ ਗੱਲ ਨਹੀਂ ਮੈਂ ਨਾ ਘਰ ਜਾ ਕੇ ਅਤੇ ਮੁੰਡੇ ਨੂੰ ਫੋਨ ਲਾ ਕੇ ਨਾ ਅਤੇ ਫਿਰ ਮੈਂ ਤੁਹਾਨੂੰ ਦੱਸੂਗੀ ਚੱਲ ਮੈਨੂੰ ਦੱਸ ਦਈ ਜ਼ਰੂਰ ਚੰਗਾ ਠੀਕ ਆ ਆ ਲੈ ਮੈਂ ਕੋਈ ਕੰਮ ਧੰਦਾ ਚੱਲ ਠੀਕ ਆ ਜੇ ਮੁੰਡਾ ਮੰਨਦਾ ਆ ਨਾ ਤਾਂ ਮੈਂ ਨਿਆਣਿਆਂ ਨਾਲ ਸਲਾਹ ਕਰਕੇ ਫਿਰ ਤੈਨੂੰ ਦੱਸਦੀ ਆ ਮੈਨੂੰ ਤਾਂ ਬੜਾ ਵਧੀਆ ਲੱਗਣ ਡਿਆ ਜੋ ਤੂੰ ਦੱਸਣ ਡਈ ਆ ਹਾਂ ਚੱਲ ਠੀਕ ਆ ਨੀ ਪ੍ਰੀਤ ਨੀ ਉਰੇ ਆ ਨੀ ਹਾਂਜੀ ਮੰਮੀ ਆਹ ਫੋਟੋ ਪਾਈ ਉਹ ਮੁੰਡੇ ਦੀ ਵੇਖ ਲਾ ਪਸੰਦ ਹੀ ਲੈ ਵੇਖਦੀ ਮੰਮੀ
ਮੁੰਡਾ ਤੇ ਸੋਹਣਾ ਆ। ਮੁੰਡਾ ਮੈਨੂੰ ਵੀ ਬੜਾ ਸੋਹਣਾ ਲੱਗਾ ਆ ਤੇ ਉਹ ਕਹਿੰਦੀ ਆ ਵੀ ਬਾਕੀ ਸਾਰਾ ਕੁਝ ਬਹੁਤ ਵਧੀਆ ਵਾ, ਕੱਲਾ ਕੱਲਾ ਮੁੰਡਾ ਆ, ਨਾ ਵਿਚਾਰੇ ਦਾ ਕੋਈ ਭੈਣ ਭਰਾ ਤੇ ਨਾ ਮਾਂ ਪਿਓ ਤੇ ਘਰ ਬਣਨ ਵਾਲਾ ਆ। ਹਾਏ ਮੰਮੀ, ਫਿਰ ਜੇ ਘਰ ਬਣਨ ਵਾਲਾ ਫਿਰ ਤੇ ਔਖਾ ਹੀ ਆ ਨਾ ਕੰਮ। ਨਹੀਂ ਕੋਈ ਨਹੀਂ ਔਖਾ, ਇਹ ਵੀ ਗੱਲ ਹੋਈ ਓ, ਉਹ ਕਹਿੰਦਾ ਵੀ ਜਿਹੜੀ ਵੀ ਕੁੜੀ ਆਊਗੀ ਨਾ ਉਹ ਆਪਣੀ ਮਰਜ਼ੀ ਦਾ ਘਰ ਬਣਵਾ ਲਊਗੀ। ਫਿਰ ਤੇ ਮੰਮੀ ਸਾਰਾ ਕੁਝ ਠੀਕ ਆ, ਕਰ ਦਿਓ ਫਿਰ ਤੁਸੀਂ ਵੀ। ਹਾਂ ਸੋਹਣਾ, ਮੁੰਡੇ ਦੀ ਵੀ ਫੋਟੋ ਸੋਹਣੀ ਆ। ਹਾਂ ਨਹੀਂ ਮੈਨੂੰ ਸਾਰਾ ਕੁਛ ਲੱਗਾ ਹੀ ਬੜਾ ਵਧੀਆ ਆ, ਮੁੰਡਾ ਵੇ ਕਿੱਡਾ ਸੋਹਣਾ ਜਵਾਨ। ਮੰਮੀ ਆਹ ਬਣੀ ਗੱਲ, ਨਾ ਸੱਸ ਨਾ ਨਨਾਣ, ਬੀਬੀ ਆਪੇ ਪ੍ਰਧਾਨ। ਇਹ ਥੋੜਾ ਹੁਣ ਰਾਜਵਿੰਦਰ ਵਾਂਗੂ ਸਾਰੇ ਟੱਬਰ ਨੂੰ ਪਕਾ ਪਕਾ ਕੇ ਤੇ ਖਵਾ ਲਓ ਰੋਟੀਆਂ। ਨੀ ਤੂੰ ਕੱਲੀ ਨੀ ਉੱਥੇ ਪ੍ਰਧਾਨ ਹੋਣਾ ਆ। ਮੈਂ ਕਿਹਾ ਮੇਰਾ ਤੇ ਪੂਰਾ ਰਾਜ ਹੋਣਾ, ਨਾਲੇ ਸੜਨ ਗਏ ਵੀ। ਹਾਂ ਨਾ ਬਥੇਰਾ ਸੜਨਾ ਵਾ, ਇਹਦੀ ਕੁੜੀ ਨੂੰ ਤਾਂ ਕੋਈ ਕੰਮ ਹੀ ਨੀ ਕਰਨਾ ਪੈਂਦਾ। ਹੋਰ ਕੀ, ਰਾਜਵਿੰਦਰ ਤੇ ਜ਼ਿਆਦਾ ਸੜੂਗੀ ਨਾ, ਜਿਹੜੀ ਜ਼ਿਆਦਾ ਗੱਲਾਂ ਕਰਦੀ ਸੀ ਮੈਨੂੰ। ਸੜਦੇ ਰਹਿਣ ਦੇ, ਸਾਨੂੰ ਵਧੀਆ ਢੋ ਮੇਲਾ ਲੱਗ ਗਿਆ ਆ, ਹੋਰ ਸਾਨੂੰ ਕੀ ਚਾਹੀਦਾ। ਮੇਰੀਆਂ ਨੇ ਮੰਮੀ ਪੰਜੀ ਉਂਗਲਾਂ ਘਿਓ ਦੇ ਵਿੱਚ ਆ। ਪੰਜੀ ਅਕਾਦੀਆਂ ਦਹੀਂ ਨਹੀਂ, ਮੇਰੇ ਉਂਗਲਾਂ ਘਿਓ ਜੀ ਹੋ ਗਈਆਂ ਹੀ ਹੋ। ਸਹੀ ਗੱਲ ਆ। ਹਾਂ ਮੰਤਰੀ ਜੀ ਭਾਬੀ ਨਾਲ ਦਾ ਰਿਸ਼ਤਾ ਬੜਾ ਵਧੀਆ ਕਰਾਇਆ ਜੀ। ਬਹੁਤ ਵਧੀਆ ਦੱਸ ਪਾਈ ਹੈ ਸੱਚੀ ਮੰਤਰੀ ਜੀ ਨੇ। ਹਾਂ ਚਲੋ ਕਿਤੇ ਨਜ਼ਰ ਨਾ ਲੱਗ ਜੇ ਹੁਣ। ਨਹੀਂ ਲੱਗਦੀ, ਐਵੇਂ ਵਹਿਮ ਕਰਦੀ ਰਹਿੰਦੀ ਆ। ਫਿਰ ਬਣੀ ਬਣਾਈ ਲੈ ਆਉਂਦੇ ਹਨਾ, ਮੈਂ ਰੋਜ਼ ਪੈਸੇ ਖਰਚਿਆ ਕਰਾਂ, ਸਵੇਰੇ ਵੀ ਜਾ ਕੇ ਉੱਥੇ ਬਾਹਰੋਂ ਖਾਇਆ ਕਰਾਂ ਤੇ ਰੋਜ਼ ਸ਼ਾਮਾਂ ਨੂੰ ਤੇਰੇ ਵਾਸਤੇ ਬਣੀ ਬਣਾਈ ਲਿਆ ਕੇ ਆਇਆ ਕਰਾਂ। ਤੂੰ ਇੱਥੇ ਕਸੀਦੇ ਕੱਢਦੀ ਰਹਿੰਦੀ ਆ ਤੇ ਫਿਰ ਕਿਹੜੀ ਅੱਖ ਆ ਗਈ, ਦੋ ਜਾਣੇ ਤੇ ਲੈ ਵੀ ਆਓਗੇ ਤੇ ਕਿਹੜੀ ਅੱਖ ਰਾਜਣੀ ਆ। ਤੇਰਾ ਤਾਂ ਉਦਾਂ ਦਿਮਾਗ ਖਰਾਬ ਹੋ ਗਿਆ ਫੋਨ ਚਲਾ ਚਲਾ ਕੇ, ਠੀਕ ਆ ਤੇਰਾ ਨਹੀਂ ਇਹ ਦਿਮਾਗ ਸੈੱਟ ਹੈਗਾ, ਸਾਰਾ ਦਿਨ ਵਿਹਲੀ ਰਹਿੰਦੀ ਆ ਤੇ ਸ਼ਾਮਾਂ ਨੂੰ ਜੀ ਸਬਜ਼ੀ ਬਣੀ ਬਣਾਈ ਲੈ ਆਓ। ਇੰਨੇ ਤੱਤੇ ਕੱਟੋ ਆ, ਕੀ ਹੋ ਗਿਆ ਵਾ, ਬਣਾ ਦਿੰਦੀ ਆ, ਅੱਖਰ ਕਾਹਦੀ ਆ ਗਈ ਆ। ਆਹੋ ਹੁਣ ਬਣਾ, ਠੀਕ ਆ, ਅੱਧੀ ਰਾਤ ਤੱਕ ਤੇਰਾ ਇੱਥੇ ਰੋਟੀ ਪਾਣੀ ਹੋਣਾ ਆ। ਹੈ ਮੈਂ ਦੱਸਦਾ ਹੀ ਆ, ਜਿਹੜਾ ਸਾਰੀ ਦਿਹਾੜੀ ਕੰਮ ਕਰਦਾ ਰਹਿੰਦਾ ਵਾ ਤਾਂ ਆ ਕੇ ਫਿਰ ਤੇਰਾ ਉਹ ਕੁੱਤ ਕਲੇਸ਼। ਕਸੂਰ ਸਾਰਾ ਆਪਣਾ ਤੇ ਲੜਾਈ ਮੇਰੇ ਗੱਲ ਪਾਈ ਜਾਂਦੇ ਜੇ। ਮੇਰਾ ਕਾਹਦਾ ਕਸੂਰ ਆ, ਹੈ ਸਬਜ਼ੀ ਤੁਸੀਂ ਨਹੀਂ ਲੈ ਕੇ ਆਏ, ਲੜਾਈ ਮੇਰੇ ਗੱਲ ਪਾਈ ਜਾਣ ਦੇ ਆ। ਸਬਜ਼ੀ ਨਹੀਂ ਮੈਂ ਲੈ ਕੇ ਆਇਆ ਹਨਾ, ਕੰਮ ਵੀ ਮੈਂ ਬਾਹਰ ਜਾ ਕੇ ਕਰਾਂ, ਸਬਜ਼ੀਆਂ ਵੀ ਮੈਂ ਲਿਆਵਾਂ, ਘਰ ਵੀ ਮੈਂ ਹੀ ਬਣਾ ਦਿਆ ਕਰੂੰਗਾ ਆ ਕੇ। ਤੈਨੂੰ ਮੈਂ ਤੇਰੀ ਆਰਤੀ ਕਰਨ ਵਾਸਤੇ ਲਿਆਂਦਾ ਹੁਣ, ਆ ਜੇ ਸਾਰੇ ਕੰਮ ਮੈਂ ਹੀ ਕਰਨੇ ਆ ਦੇ। ਚਲੋ ਕੋਈ ਨਹੀਂ, ਮੈਂ ਚਾਹ ਬਣਾਉਣੀ ਤੇ ਚਾਰ ਨਾਲ ਰੋਟੀ ਖਾ ਲਿਓ ਫਿਰ। ਚਾਹ ਬਣਾ ਕੇ ਤੇ ਸਿਰ ਚ ਪਾ ਦੇ ਮੇਰੇ, ਚਾਹ ਬਣਾਉਣੀ ਆ, ਸਾਰਾ ਦਿਨ ਪੱਸੀ ਲੱਗੀ ਨਹੀਂ ਦੀ ਫੋਨ ਤੇ। ਚੱਲ ਉੱਠ ਤਿਆਰ ਹੋ, ਤੈਨੂੰ ਮੈਂ ਛੱਡ ਕੇ ਆਵਾਂ। ਚੱਲ ਉਹ ਵੀ ਕੀ ਗਲਤੀ ਹੋ ਗਈ ਆ, ਕੋਈ ਨਹੀਂ ਹੁਣ। ਗਲਤੀ ਇੱਕ ਵਾਰ ਹੁੰਦੀ ਆ, ਬਾਰ ਬਾਰ ਗਲਤੀਆਂ ਨਹੀਂ ਹੁੰਦੀਆਂ, ਇਹ ਜਾਣ ਬੁੱਝ ਕੇ ਕਰਦੀਆਂ ਤੂੰ ਇਦਾਂ ਦੇ ਕੰਮ। ਚੱਲ ਚੱਲ ਅੱਜ ਨਹੀਂ, ਮੈਂ ਤੈਨੂੰ ਹੁਣੇ ਛੱਡ ਕੇ ਆਵਾਂ। ਬੰਦੀ ਬਣ ਕੇ ਬੈਗ ਜਾਂ ਆਪਣਾ ਫੜ ਜਿਹੜਾ ਵੀ ਹੈਗਾ ਵਾ। ਚੱਲ ਇੱਕ ਵਾਰੀ ਮਾਫ ਕਰ ਦਿਓ, ਕੋਈ ਗੱਲ ਨਹੀਂ, ਮੈਂ ਲੋ ਮੈਂ ਬਣਾ ਦਿੰਦੀ ਆ ਸਬਜ਼ੀ ਕਰਨਾ। ਠੀਕ ਆ ਤੂੰ ਉੱਥੇ ਜਾ ਆਪਣੇ, ਉੱਥੇ ਸੁੱਤਰ ਮੈਂ ਕੱਲਾ ਹੀ ਰਹਿਣਾਗਾ ਇੱਥੇ। ਠੀਕ ਆ ਬੈਗੂ ਜਾਂ ਫੜ ਆਪਣਾ, ਕਿੱਥੇ ਤੇਰਾ ਲੱਖ ਲਾਂ ਤਾਂ ਇਹੋ ਜਿਹੇ ਵਿਆਹ ਕਰਾਉਣ ਤੇ, ਜਿਹੜੀ ਜਨਾਨੀ ਨੇ ਰੋਟੀ ਨਹੀਂ ਟਾਈਮ ਨਾਲ ਖਵਾ ਲੈਣੀ ਬੰਦੇ ਨੂੰ ਬਣਾ ਕੇ, ਇਹਦੇ ਨਾਲ ਮੈਂ ਛੜਾ ਹੀ ਰਹਿ ਲੈਂਦਾ ਉਹ ਚੰਗਾ ਸੀ। ਮੈਂ ਬਣਾ ਦਿੰਦੀ ਹੁਣ, ਮੈਂ ਬੰਦਿਆਂ ਨੂੰ ਬੈਗ ਜਾਂ ਫੜ ਆਪਣਾ ਚੱਲੀ ਗਿਆ ਇੱਥੋਂ, ਬਣਾ ਦਿੰਦੀ ਹੁਣ ਤੂੰ ਬਣਾ ਦਿੰਦੀ ਆ, ਮਿੰਟ ਮਾਰ ਬੈਗ ਲੈ ਕੇ ਬਾਹਰ। ਕੀ ਕਰ ਰਿਹਾ, ਗੁੱਸਾ ਹੋਇਆ ਬਣਾ ਬਾਹਰ, ਤੇਰੇ ਚਪੇੜਾ ਮਾਰਨੀਆਂ। ਮੈਂ ਤੈਨੂੰ ਦੱਸਾਂ ਬੈਗ ਜਾਂ ਲੈ ਤਾਂ ਆਪਣਾ ਬਾਹਰ ਆ ਜਾ, ਬੰਦਿਆਂ ਵਾਂਗੂ ਹੁਣੇ ਤੈਨੂੰ ਛੱਡ ਕੇ ਆਉਣਾ ਸੀ ਮੈਂ। ਜੇ ਹੁਣ ਮੈਂ ਬਣਾਉਣ ਲੱਗੀ ਹਾਂ ਨਾ ਤੇ ਮੈਨੂੰ ਬਣਾ ਲੈਣ ਦਿਓ, ਠੀਕ ਹੈ ਨਾ, ਕੁਛ ਨਾ ਕੁਛ ਬਣਾ ਕੇ ਖਵਾ ਲਾਂਗੀ ਤੁਹਾਨੂੰ। ਮੈਨੂੰ ਨਹੀਂ ਲੋੜ, ਠੀਕ ਆ ਨਾ, ਬੰਦਿਆਂ ਵਾਂਗੂ ਆਪਣਾ ਬੈਗ ਜਾਂ ਫੜ ਤੇ ਚੱਲ। ਚਲੋ ਠੀਕ ਆ ਫਿਰ ਮੈਂ ਚੱਲ ਜਾਂਦੀ ਹਾਂ, ਆਪੇ ਦੋਵਾਂ ਜੋ ਨੇ ਨਾ ਪਰ ਤੁਸੀਂ ਆ ਕੇ ਲੈ ਜਾਣਾ ਮੈਨੂੰ। ਐਰਕਾ ਨਹੀਂ ਤੈਨੂੰ ਲੈਣ ਆਉਂਦਾ, ਠੀਕ ਆ, ਅੱਗੇ ਤੇਰੀ ਮਾਂ ਦੇ ਆਖੇ ਤੈਨੂੰ ਮੈਂ ਲੈ ਆਉਂਦਾ ਰਿਹਾ, ਸੁਧਾਰਤੀ ਆ, ਮੈਂ ਸਮਝਾਤੀ ਆ, ਐਰਕਾ ਤੇਰਾ ਪੱਕਾ ਹੀ ਫਾਹ ਵੱਢ ਕੇ ਆਊਂਗਾ, ਨਾਲੇ ਤੇਰੀ ਮਾਂ ਨਾਲ ਵੀ ਗੱਲ ਕਰਕੇ ਆਉਂਦਾ ਨਾ, ਇਹਦੀ ਜ਼ਬਾਨ ਵੱਢੋ ਗਾੜੀਓ ਥੋੜੀ ਜੀ। ਮੇਰੇ ਨਾਲ ਗੱਲ ਕਰੋ, ਮੇਰੀ ਮਾਂ ਤੱਕ ਨਾ ਜਾਓ, ਠੀਕ ਆ ਨਾ। ਚੱਲ ਠੀਕ ਆ, ਬੰਦਿਆਂ ਵਾਂਗੂ ਤਿਆਰ ਹੋ, ਚੱਲ ਫੜ ਆਪਣਾ ਬੈਗੂ ਜਿਹਾ। ਕਿੱਡੀ ਜ਼ਬਾਨ ਲੜਾਉਂਦੀ ਆ ਗਾੜੀਓ, ਇੱਕ ਗਲਤੀਆਂ ਕਰਦੀ ਉਤੋਂ ਨਾਲ ਲੜਦੀ ਆ। ਬੰਦਿਆਂ ਵਾਂਗੂ ਆ ਜਾ, ਮੈਂ ਚੱਲ ਜਾਂਦੀ ਆ, ਠੀਕ ਆ, ਮੈਨੂੰ ਬਹੁਤੀਆਂ ਗੱਲਾਂ ਨਾ ਕਰੋ। ਚੱਲ ਚੱਲ ਆ ਜਾ, ਮਿੰਟ ਮਾਰ ਵਿੱਕੀ, ਅਜੇ ਵੀ ਇੱਕ ਵਾਰੀ ਸੋਚ ਲਓ। ਮੈਂ ਬੜੀ ਵਾਰ ਸੋਚ ਲਿਆ ਵਾ, ਠੀਕ ਆ, ਇੱਥੇ ਟਾਈਮ ਪਾਸ ਨਾ ਕਰ, ਮੈਨੂੰ ਦਿਖਣੀ ਨਹੀਂ ਚਾਹੀਦੀ ਤੂੰ ਇੱਥੇ 5 ਮਿੰਟ ਤੋਂ ਵੱਧ, ਮਿੰਟ ਮਾਰ, ਬੈਗ ਲੈ ਕੇ ਬਾਹਰ ਆ ਜਾ, ਨਹੀਂ ਤਾਂ ਧੂ ਕੇ ਖੜੂੰਗਾ ਮੋਟਰਸਾਈਕਲ ਦੇ ਮਗਰ। ਜਿੱਦਾਂ ਤੇਰੀ ਜ਼ਬਾਨ ਚੱਲਦੀ ਹੈ ਨਾ, ਜੇ ਕਿਤੇ ਇੱਦਾਂ ਤੇਰੇ ਹੱਥ ਚੱਲਣ ਨਾ, ਆਹ ਦਿਨ ਵੇਖਣ ਨੂੰ ਨਾ ਮਿਲੇ। ਚੱਲ ਬਹਿ ਹੁਣ।
ਰਾਜਵਿੰਦਰ ਮੈਨੂੰ ਤੁਹਾਡੀ ਗੱਡੀ ਬੜੀ ਵਧੀਆ ਲੱਗਦੀ ਆ। ਮੇਰਾ ਤੇ ਆਪ ਜੀ ਕਰਦਾ ਏਡੀ ਵੱਡੀ ਗੱਡੀ ਲੈਣ ਨੂੰ, ਮਜ਼ਾ ਬੜਾ ਆਉਂਦਾ ਹਨਾ ਵੱਡੀ ਗੱਡੀ 'ਚ ਜਾਣਾ ਹੁੰਦਾ। ਵੱਡੀ ਗੱਡੀ 'ਚ ਮਜ਼ਾ ਆਉਂਦਾ ਆ। ਹਾਏ ਮੈਨੂੰ ਲੱਗਦਾ ਉਹ ਵਿੱਕੀ ਪ੍ਰੀਤੀ ਮੋਟਰਸਾਈਕਲ ਤੇ ਲੰਘ ਗਈ। ਲੰਘਿਆ ਤਾਂ ਹੈ ਮੋਟਰਸਾਈਕਲ ਲਾਉਣਾ ਤੋਂ ਹੀ, ਪਰ ਇੰਨੀ ਠੰਡ 'ਚ ਮੋਟਰਸਾਈਕਲ ਤੇ ਹੁੰਦੇ ਤੇ ਹੁਣ ਭੈਣੇ ਉਹਦੇ ਕੋਲ ਗੱਡੀ ਨਹੀਂ ਹੈਗੀ ਤੇਰੇ ਜਿੱਡੀ, ਤੇ ਉਹਨਾਂ ਨੇ ਮੋਟਰਸਾਈਕਲ ਤੇ ਹੀ ਆਉਣਾ ਆ। ਆਕੜ ਤੇ ਬੜੀ ਹੁੰਦੀ ਹੈ ਕੁੜੀ ਦੀ। ਸਹੀ, ਬਾਕੀ ਚਲੋ ਮਹਾਰਾਜ ਹਨਾ ਉੱਤੇ ਵਹਿੰਦਾ ਆ। ਮੈਨੂੰ ਲੱਗਦਾ ਐਰਕੀ ਵੀ ਖੜਕਾ ਦੜਕਾ ਕਰਕੇ ਆਈ ਆ ਕੋਈ ਕੋਈ ਪਤਾ ਨਹੀਂ ਇਹਦਾ, ਤੀਜੇ ਕਦੇ ਨਹੀਂ ਆਈ ਰਹਿੰਦੀ ਆ। ਤੀਜੇ ਦਿਨ ਨਹੀਂ ਨਾ ਗੱਲਾਂ ਕਰੋ ਕੋਈ, ਐਵੇਂ ਕੋਈ ਸੁਣ ਲੂਗਾ ਆਖਣਗੇ ਸਾਡੀ ਕੁੜੀ ਨੂੰ ਗੱਲਾਂ ਕਰਦੇ ਨੇ। ਅਤੇ ਅਸੀਂ ਕਿਹੜਾ ਮੰਮੀ ਉੱਥੇ ਸੜਕ 'ਤੇ ਜਾ ਕੇ ਗੱਲਾਂ ਕਰਨ ਡੇ, ਨਾਲੇ ਅਸੀਂ ਕੋਈ ਝੂਠੀ ਗੱਲ ਥੋੜ੍ਹੀ ਕਰਨ ਡੇ ਹਾਂ, ਸੱਚੀ ਕਰਨ ਡੇ ਹਾਂ। ਸੱਚੀ ਕਰਨ ਡੇ ਮੰਮੀ, ਕੰਧਾਂ ਨੂੰ ਕੰਨ ਹੁੰਦੇ ਆ। ਜਦੋਂ ਮੇਰੀ ਮੰਮੀ ਆਉਂਦੇ ਆ ਮੇਰੇ ਨਾਲ ਅਤੇ ਕਿੱਦਾਂ ਸੂਹਾਂ ਲੈਣ ਆਉਂਦੀ ਹੈ ਚਾਚੀ, ਜਦੋਂ ਆਣ ਕੇ ਪੁੱਛਦੀ ਆ ਇਹਦਾ ਸੁਭਾਅ ਕਿੱਦਾਂ ਦਾ, ਸੁਭਾਅ ਕਿੱਦਾਂ ਦਾ, ਵੀ ਇਹਦੇ ਮੂੰਹੋਂ ਕੋਈ ਗੱਲ ਨਿਕਲੇ ਇਹਦੀ ਸੱਸ ਦੇ ਤਾਂ ਮੈਂ ਗੱਲ ਚੁੱਕਾਂ, ਹੁਣ ਆਪਦਾ ਪਤਾ ਨਹੀਂ ਲੱਗਦਾ ਇਹਦੀਆਂ ਆਪਣੀਆਂ ਕੀਤੀਆਂ ਮੂਹਰੇ ਆਉਂਦੀਆਂ। ਤਾਂ ਤਾਂ ਆਖਿਆ ਪੁੱਤ ਤੁਸੀਂ ਨਾ ਕੋਈ ਗੱਲ ਕਰੋ, ਹੁਣ ਉਹਨਾਂ ਨੂੰ ਆਪੇ ਪਤਾ ਲੱਗਣਾ ਜਦੋਂ ਨੱਕ 'ਚ ਗਲੀਆਂ। ਇਹ ਤਾਂ ਨੀਤ ਨੂੰ ਵੀ ਮਰਾਦ ਹੁੰਦੀ ਆ, ਜੇ ਆਪਾਂ ਕਿਸੇ ਦੇ ਬਾਰੇ ਮਾੜਾ ਸੋਚਾਂਗੇ ਨਾ ਤੇ ਉਹ ਰੱਬ ਤੇ ਵਹਿੰਦਾ ਹੀ ਆ, ਉੱਤੇ ਰੱਬ ਤੇ ਵਹਿੰਦਾ ਹੀ ਨਿਆਂ ਕਰਨ ਵਾਸਤੇ, ਜੇ ਦੂਜੇ ਦਾ ਮਾੜਾ ਸੋਚਾਂਗੇ ਤੇ ਆਪਣਾ ਗਾੜੀ ਹੋਣਾ ਹੀ ਹੋਣਾ। ਆਪਣੇ ਅੱਗੇ ਹੁੰਦਾ ਹੀ ਹੁੰਦਾ, ਮੈਨੂੰ ਤਾਂ 24 ਘੰਟੇ ਹੀ ਕਹਿੰਦੇ ਨੇ ਤੂੰ ਵਸ ਕੇ ਨਹੀਂ ਹੋਣਾ, ਵਸ ਕੇ ਨਹੀਂ ਹੋਣਾ, ਆਪਣੇ ਵਾਰੀ ਪਤਾ ਲੱਗਣ ਦਿਆ ਨਾ। ਚਲੋ ਪਰਮਾਤਮਾ ਹਰੇਕ ਦੀ ਕਰਦਾ ਸੁਣਦਾ ਵਾ, ਕੋਈ ਗੱਲ ਨਹੀਂ ਤੁਸੀਂ ਨਾ ਕੋਈ ਗੱਲ ਕਰੋ। ਪਰ ਉੱਦਾਂ ਮੰਮੀ ਚਾਚੀ ਕਹਿੰਦੀ ਤੇ ਇੱਦਾਂ ਹੀ ਰਹਿੰਦੀ ਹੁੰਦੀ ਸੀ ਇਹਨੂੰ ਕਿ ਇਹਦੀ ਜ਼ਬਾਨ ਬੜੀ ਆ, ਇਹਨੇ ਤੇ ਵਸ ਕੇ ਨਹੀਂ ਆਉਣਾ, ਤੇ ਹੁਣ ਆਪਣੀ ਤੀਜੇ ਦਿਨ ਲੜ ਕੇ ਆਉਂਦੀ ਆ। ਅਸੀਂ ਤਾਂ ਜਿਹੜੀ ਗੱਲ ਮੂੰਹ ਤੇ ਕਹਿੰਦੇ ਸੀ ਇਹਦੀ ਕੁੜੀ ਮੀਣੀ ਸੀ, ਵਿੱਚੋਂ ਵਿੱਚ ਰੱਖਦੀ ਸੀ ਗੱਲਾਂ, ਆਹੋ ਹੁਣ ਪਤਾ ਲੱਗਦਾ ਨਾ। ਉੱਦਾਂ ਮੰਮੀ ਰਾਜਵਿੰਦਰ ਦੀ ਇਹ ਗੱਲ ਸੁਣਨ ਵਾਸਤੇ ਨਾ ਚਾਚੀ ਵਿਚਾਰੀ ਦੇ ਕੰਨ ਹੀ ਤਰਸ ਗਏ, ਉਹਦੇ ਢਿੱਡ ਦੀ ਰੀਝ ਤੇ ਢਿੱਡ 'ਚ ਹੀ ਰਹਿ ਗਈ ਆ ਕਿ ਮੈਂ ਇਹਦੀ ਸੱਸ ਦੇ ਮੂੰਹ ਇਹਦੀਆਂ ਬਖਤੋਈਆਂ ਸੁਣਾ ਤੇ ਫਿਰ ਮੈਂ ਆਲੇ ਦੁਆਲੇ ਕਰਾਂ ਸਾਰਿਆਂ ਦੇ ਨਾਲ। ਚਲੋ ਕੋਈ ਕੰਮ ਕਰੋ, ਐਵੇਂ ਨੇ ਗੱਲਾਂ ਕਰੀ ਜਾਓ ਬਹੁਤੀਆਂ। ਸਾਡੀ ਮੰਮੀ ਵਿਚਾਰੀ ਦਾ ਤੇ ਇਹੋ ਹੀ ਹੁੰਦਾ ਵਾ, ਕਿਸੇ ਦੀ ਗੱਲ ਨਾ ਕਰੋ, ਕਿਸੇ ਦੀ ਗੱਲ ਨਾ ਕਰੋ, ਮੇਰਾ ਨਹੀਂ ਜੀ ਕਰਦਾ ਕਿਸੇ ਦੀ ਗੱਲ ਕਰਨ। ਚਲੋ ਠੀਕ ਆ, ਉੱਦਾਂ ਗੱਲ ਕਰਨੀ ਵੀ ਨਹੀਂ ਚਾਹੀਦੀ ਕਿਸੇ ਦੀ, ਪਰ ਅਸੀਂ ਤਾਂ ਇਹ ਆਉਂਦੇ ਜੇ ਮੈਂ ਨਹੀਂ ਕਰਦੀ ਹੈਗੀ ਤੇ ਚਲੋ ਮਹਾਰਾਜ ਨੇ ਮੇਰੇ ਧੀਆਂ ਪੁੱਤਾਂ ਦੀ ਸੁਣੀ ਆ। ਹਾਂਜੀ ਇਹ ਤਾਂ ਹੈ ਹੀ ਆ। ਚਲੋ ਮੰਮੀ ਚੰਗਾ, ਅਸੀਂ ਵੀ ਨਹੀਂ ਕਰਦੇ ਪਰ ਅਸੀਂ ਇਹ ਆਉਂਦੇ ਜਿੱਦਾਂ ਉਹ ਕਰਦੀ ਰਹੀ ਆ ਚਾਚੀ ਸਾਡੇ ਨਾਲ, ਤੇ ਵੇਖ ਲਾ ਹੁਣ ਆਪਣੇ ਗਾੜੀ ਆਉਣ ਡਿਆ ਸੀ ਉਹਦੇ। ਚਲ ਉੱਠੋ ਕੰਮ ਕਰੋ, ਕੋਈ ਐਵੇਂ ਗੱਲਾਂ ਕਰੀ ਜਾਂਦੀ ਜਦੋਂ ਇਕੱਠੀਆਂ ਹੋ ਕੇ ਬਹਿ ਜਾਂਦੀਆਂ। ਆ ਜਾਂਦੇ ਹਾਂ, ਨਹੀਂ ਦਿੰਦੇ ਮੰਮੀ ਨੂੰ, ਇਹੀ ਰਹਿੰਦਾ ਕਿ ਇਹਨਾਂ ਨੇ ਗੱਲਾਂ ਹੀ ਕਰਨੀਆਂ ਚੁਗਲੀਆਂ। ਮੋਟਰਸਾਈਕਲ ਹੋ ਗਿਆ ਆ ਕੇ ਬੂਹੇ ਅੱਗੇ, ਪਤਾ ਨਹੀਂ ਆਇਆ ਕੌਣ ਨੂੰ। ਇੱਧਰ ਤਾਂ ਮੇਰੀ ਧੀ ਆ ਗਈ ਆ। ਹਾਏ ਹਾਏ ਪੁੱਤ ਕੀ ਹੋਇਆ ਆ, ਕਿੱਦਾਂ ਬੈਗ ਸੁੱਟਿਆ ਆ ਤੂੰ? ਇਹ ਹੁਣ ਤੁਸੀਂ ਆਪਣੀ ਕੁੜੀ ਨੂੰ ਪੁੱਛ ਲਿਓ ਵੀ ਕੀ ਹੋਇਆ ਵਾ, ਮੇਰੇ ਕੋਲ ਇੰਨਾ ਟਾਈਮ ਨਹੀਂ ਹੈਗਾ, ਮੈਂ ਜਾ ਕੇ ਆਪਣੀ ਰੋਟੀ ਵੀ ਲਾਉਣੀ ਆ। ਬੇ ਪੁੱਤ ਵਿਆਹ ਤੇ ਜਾ, ਕੁੜੀ ਮੇਰੀ ਦੀ ਤੇ ਕਿਤੇ ਕੋਈ ਰੀਸ ਹੀ ਨਹੀਂ, ਐਡੀ ਬੀਬੀ ਕੁੜੀ ਆ, ਕੁੜੀ ਨੇ ਕੀ ਕਰ ਦਿੱਤਾ ਆ? ਵਾਕਿਆ ਤੁਹਾਡੀ ਕੁੜੀ ਦੀ ਰੀਸ ਨਹੀਂ ਹੈਗੀ, ਜਿਹੜੇ ਕੰਮ ਇਹ ਕਰਦੀ ਆ ਨਾ ਇਹਦੀ ਰੀਸ ਕੋਈ ਕਰ ਹੀ ਨਹੀਂ ਸਕਦਾ ਇਹ ਜਹਾਨ ਦੇ ਉੱਤੇ। ਕਿਹੜੇ ਕੰਮ ਕਰਦੀ ਆ, ਮੈਨੂੰ ਪਤਾ ਤਾਂ ਲੱਗੇ ਕੀ ਔਗਣ ਆ ਇਹਦੇ ਵਿੱਚ। ਔਗਣਾ ਦੀ ਗੱਲ ਕਰਦੇ ਜੇ ਤੁਸੀਂ, ਇਹਨੂੰ ਪੁੱਛੋ ਇਹਦੇ ਵਿੱਚ ਗੁਣ ਵੀ ਹੈਗਾ ਕੋਈ, ਨਾਲੇ ਤੁਸੀਂ ਕਹਿਣ ਡੇ ਨਾ ਕਿਹੜੇ ਕੰਮ ਕਰਦੀ ਏ, ਉਹ ਕੰਮ ਹੀ ਤਾਂ ਨਹੀਂ ਕਰਦੀ, ਇਸੇ ਗੱਲ ਦਾ ਤਾਂ ਸਿਆਪਾ ਵਾ, ਪੁੱਛੋ ਇਹਨੂੰ ਕਿਹੜਾ ਕੰਮ ਕਰਦੀ ਕੋਈ ਘਰ ਦੇ ਵਿੱਚ। ਇੱਥੇ ਤਾਂ ਸਾਰੇ ਹੀ ਕੰਮ ਕਰਦੀ, ਮੈਨੂੰ ਤਾਂ ਇਹਨੇ ਕਦੀ ਕੁਛ ਕਰਨ ਹੀ ਨਹੀਂ ਦਿੱਤਾ, ਸਾਰਾ ਕਾਰੋਬਾਰ ਇਹਦੇ ਸਿਰ ਤੇ ਹੀ ਮੇਰੇ ਘਰ ਦਾ। ਜੇ ਇੱਥੇ ਕੰਮ ਕਰਦੀ ਸੀ ਤਾਂ ਉੱਥੇ ਕੀ ਇਹਨੂੰ ਗੋਲੀ ਵੱਜੀ ਆ, ਸਾਰਾ ਦਿਨ ਕੰਮ ਤੇ ਰਹਿੰਦਾ ਮੈਂ, ਆਉਂਦੇ ਨੂੰ ਰੋਟੀ ਵੀ ਨਹੀਂ ਬਣਾਈ ਹੁੰਦੀ, ਉੱਤੋਂ ਕਹਿੰਦੀ ਆ ਤੁਹਾਡਾ ਇਹ ਫਰਜ਼ ਬਣਦਾ ਸਬਜ਼ੀ ਲੈ ਕੇ ਆਉਂਦਾ, ਬਣੀ ਬਣਾਈ ਲੈ ਆਇਆ ਕਰੋ। ਦੀਦੀ ਲੱਗ ਪਿਆ ਇੱਧਰ ਰੌਲਾ ਪੈਣ, ਮੈਨੂੰ ਲੱਗਦਾ ਉੱਧਰ ਪਟਾਕੇ ਪੈ ਗਏ ਸੀ, ਇਹ ਪੈਣੇ ਹੀ, ਇਹਨਾਂ ਦੇ ਤੀਜੇ ਦੇਣੀ ਪੈਂਦੇ ਰਹਿੰਦੇ ਆ। ਮੈਂ ਨਹੀਂ, ਤੁਸੀਂ ਅਜੇ ਨਹੀਂ ਉੱਠੀਆਂ? ਚੁੱਪ ਕਰੋ ਮੰਮੀ, ਉੱਧਰ ਹੋ ਗਿਆ ਜੇ ਧਮਾਕਾ। ਥੋੜੀ ਬਹੁਤੀ ਹੈਲਪ ਕਰਾ ਦੇਣਗੇ ਤੇ ਫਿਰ ਇਕੱਠੇ ਰੋਟੀ ਖਾ ਲਾਂਗੇ। ਆ ਸੁਣ ਲਓ ਇਹਦੇ ਜ਼ਬਾਨੀ, ਮੈਂ ਸਾਰਾ ਦਿਨ ਕੰਮ ਤੇ ਵੀ ਮਰਾਂ, ਆ ਕੇ ਇਹਦੇ ਨਾਲ ਹੈਲਪ ਵੀ ਕਰਾਵਾਂ। ਬਹਿ ਜੇ ਬੇੜਾ, ਇਹੋ ਜਿਹੀ ਵਿਚੋਲਣ ਦਾ ਜਿੰਨੇ ਆ ਮੇਰੇ ਲੜ ਲਾਤੀ ਆ। ਨਹੀਂ ਸੁਧਰਦੀ ਆਪਣੇ ਕੋਲ ਰੱਖੋ, ਠੀਕ ਆ, ਜਬਾਨ ਵੱਢੋ ਇਹਦੀ ਗਾੜੀਓ, ਨਹੀਂ ਤੇ ਜੇ ਉੱਥੇ ਘਲਾਤੀ ਤਾਂ ਮੈਂ ਹੱਥ ਪਾ ਕੇ ਖਿੱਚ ਦੇਣੀ ਜੇ ਮੈਂ ਤੁਹਾਨੂੰ ਦੱਸ। ਚੱਲ ਬਹਿ ਇੱਥੇ ਪੁੱਤ, ਇਹਨੂੰ ਮੈਂ ਸਮਝਾ ਦੇ, ਮੈਂ ਨਹੀਂ ਬਹਿਣਾ ਬੁਣਾ, ਠੀਕ ਆ, ਮੇਰੀ ਸੁਣ ਹਾਂ, ਕਿੱਡਾ ਕੁ ਵੱਡਾ ਟੱਬਰ ਆ ਜਿਹਦੀ ਤੇਰੇ ਕੋਲ ਰੋਟੀ ਨਹੀਂ ਪਕਾਈ ਜਾਂਦੀ ਹੈ, ਇੱਕ ਜਣਾ ਉਹ ਖਾਣ ਵਾਲਾ ਆ ਤੇ ਤੂੰ ਉਹਨੂੰ ਉਡੀਕਦੀ ਰਹਿੰਦੀ ਆ ਵੀ ਮੇਰੇ ਨਾਲ ਹੈਲਪ ਕਰਾਵੇ।
ਇੱਥੇ ਤੂੰ ਕਦੀ ਕੰਮ ਨਹੀਂ ਕੀਤਾ? ਨਹੀਂ ਤੈਨੂੰ ਮੈਂ ਆਉਂਦੀ ਹੁੰਦੀ ਹਾਂ ਵੀ ਜ਼ਬਾਨ ਅੰਦਰ ਰੱਖ ਆਪਣੀ, ਹੁਣ ਕਹਿ ਗਿਆ ਨਾ ਇਹਨੂੰ ਰੱਖੋ ਇੱਥੇ ਹੀ, ਹੁਣ ਆਂਢ ਗੁਆਂਢ ਕੀ ਆਖੂਗਾ, ਵੇਖੀ ਕਿੰਨੀਆਂ ਗੱਲਾਂ ਹੋਣੀਆਂ ਆ ਵੀ ਕੁੜੀ ਦੀ ਐਡੀ ਜ਼ਬਾਨ ਸੀ ਤਾਂ ਵੱਸ ਕੇ ਨਹੀਂ ਗੀ ਆਈ। ਉਹ ਮੰਮੀ ਐਡੀ ਵੀ ਕੋਈ ਗੱਲ ਨਹੀਂ ਹੋਈ, ਉਹਨੂੰ ਤਾਂ ਉੱਦਾਂ ਹੀ ਸ਼ੌਂਕ ਚੜਿਆ ਰਹਿੰਦਾ ਤੀਜੇ ਦਿਨ ਇੱਥੇ ਆ ਕੇ ਮੇਲਾ ਲਾਉਣ ਦਾ। ਤੀਜੇ ਦਿਨ ਤੁਹਾਡਾ ਇਹੋ ਮੇਲਾ ਲੱਗਾ ਰਹਿੰਦਾ ਮਾਂ ਕਜੇ, ਤੂੰ ਵੀ ਥੋੜ੍ਹੀ ਜ਼ਬਾਨ ਨੂੰ ਕੰਟਰੋਲ ਦੇ ਵਿੱਚ ਰੱਖ ਤੇ ਕੰਮ ਕਰਿਆ ਕਰ, ਤੈਨੂੰ ਕੀ ਗੱਲ ਆ ਕੰਮ ਕਰਦੀ ਨੂੰ? ਮੰਮੀ ਤੁਹਾਡੀ ਵੀ ਆਦਤ ਨਹੀਂ ਹਟੀ ਵੀ ਉਹੀ ਉਹ ਗੱਲ, ਤੁਸੀਂ ਇੱਕ ਜਣੇ ਦੀ ਗੱਲ ਸੁਣ ਲੈਣਾ ਤੇ ਲੜਾਈ ਤੁਸੀਂ ਮੇਰੇ ਨਾਲ ਹੀ ਕਰੀ ਜਾਣੀ ਆ। ਤੁਹਾਡੀ ਤੇ ਮੇਰੀ ਕਿੱਥੋਂ ਸਾਡੇ? ਮੈਂ ਕਹਿਣ ਵੀ ਡਈ ਆ ਕਿ ਉਹ ਜਾਣ ਕੇ ਲੜਦੇ, ਇੱਦਾਂ ਦੀ ਕੋਈ ਗੱਲ ਹੀ ਨਹੀਂ ਹੋਈ ਵੀ। ਜੇ ਉਹ ਜਾਣ ਕੇ ਲੜਦਾ ਤਾਂ ਇੰਨੇ ਗੁੱਸੇ ਤੇ ਇੱਦਾਂ ਕਹਿ ਕੇ ਜਾਣਾ ਸੀ? ਇੱਦਾਂ ਕਰਦੀ ਆ ਨਾ ਮਨਪ੍ਰੀਤ ਨੂੰ ਲਾਉਂਦੀ ਆ ਫੋਨ ਵੀ ਕਹਿ ਕੇ ਗਿਆ ਵੀ ਮੈਂ ਨਹੀਂ ਖਾਂਦੀ। ਕਰੋ ਉਹਨਾਂ ਨਾਲ ਗੱਲ ਕਿੱਦਾਂ ਦਾ ਲੱਭ ਛੜਿਆ ਪਹਿਲਾਂ। ਤੀਜੇ ਦਿਨ ਲੜਾਈ। ਹੈਲੋ ਮਨਪ੍ਰੀਤ, ਘਰ ਨੂੰ ਆ, ਜ਼ਰੂਰੀ ਕਰਨੀ ਮੈਂ ਕੋਈ ਗੱਲ ਤੇਰੇ ਨਾਲ, ਆ ਜਾ। ਕੀ ਕਹਿੰਦੇ? ਆਪੇ ਆਉਂਦੀ ਆ ਗਏ, ਮੈਂ ਹੁਣ ਕਹਿਤਾ ਆ। ਮੰਮੀ ਹੁਣ ਭਾਬੀ ਨੇ ਆਉਣਾ ਨਾ, ਉਹਦੇ ਸਾਹਮਣੇ ਮੇਰਾ ਕਸੂਰ ਨਾ ਕੱਢੀ ਜਾਇਓ, ਠੀਕ ਆ ਨਾ? ਨਹੀਂ ਤੇਰਾ ਕਸੂਰ ਮੈਂ ਕੀ ਕੱਢਣਾ, ਅਸੀਂ ਤਾਂ ਭੂੰਡ ਹੀ ਛੇੜ ਲਿਆ ਵਾ, ਪੁੜਕ ਡੰਡਿਓ ਪਾਰ ਹੁੰਦਾ, ਮਾੜੀ ਜਿਹੀ ਗੱਲ ਹੁੰਦੀ ਆ ਤੇ ਕਿਤੇ। ਮੰਮੀ ਗੱਲ ਤੇ ਜਰਦੇ ਨਹੀਂ ਆ, ਮੈਂ ਹੁਣ ਕੀ ਕਰਾਂ ਵੀ, ਘਰ ਦੇ ਵਿੱਚ ਗੱਲਾਂ ਤੇ ਹੋ ਹੀ ਜਾਂਦੀਆਂ ਵਾ ਨਾ। ਕੋਈ ਨਹੀਂ, ਕਰਦੀਆਂ ਮਨਪ੍ਰੀਤ ਨਾਲ ਗੱਲ, ਆਪੇ ਪੁੱਛਦੀ ਆ ਇਹਨੂੰ। ਮਾੜੀ ਜੀ ਕੁੜੀ ਨਾਲ ਕੋਈ ਗੱਲ ਹੋ ਜਾਂਦੀ ਆ, ਆ ਸੁੱਟ ਕੇ ਕੁੜੀ ਦਾ ਬੈਗ ਤੇ ਦੌੜ ਗਿਆ ਈ ਓ, ਕਹਿੰਦਾ ਮੈਂ ਨੀ ਕੁੜੀ ਖੜਨੀ, ਮੈਂ ਇਹਨੂੰ ਇੱਥੇ ਰੱਖੋ ਆਪਣੇ ਕੋਲ ਹੀ, ਤਾਂ ਤੇ ਮੈਂ ਸੱਦਿਆ ਈ ਓ ਵੀ ਇਹ ਚੰਗਾ ਲੱਭ ਕੇ ਦਿੱਤਾ ਸਾਨੂੰ। ਉਹਨੇ ਵੀ ਫੋਨ ਕਰਕੇ ਤੇ ਸਾਰੀ ਗੱਲ ਮੈਨੂੰ ਦੱਸ ਦਿੱਤੀ ਆ ਜੋ ਵੀ ਹੋਈ ਆ। ਆਹੋ ਉਹਨੇ ਤੇ ਸਾਡੀ ਕੁੜੀ ਦਾ ਹੀ ਕਸੂਰ ਕੱਢਣਾ ਆ। ਉਹ ਆਂਦਾ ਵਾ ਵੀ ਕੁੜੀ ਦੀ ਤਾਂ ਐਡੀ ਲੰਮੀ ਜ਼ਬਾਨ ਵਾ, ਆਪਣੇ ਵਾਰੀ ਨਹੀਂ ਨਾ ਦੱਸਿਆ ਕਿ ਮੇਰੀ ਕਿੱਡੀ ਜ਼ਬਾਨ ਆ, ਮੇਰਾ ਤਾਂ ਨਾ ਝੱਟ ਲਾ ਦੇਣਾ ਕਿ ਇਹਦੀ ਐਡੀ ਜ਼ਬਾਨ ਆ। ਮੈਂ ਤਾਂ ਚੰਗਾ ਸੀ, ਮੈਂ ਚੰਗਾ ਹੀ ਕਰਕੇ ਲੱਭ ਕੇ ਦਿੱਤਾ ਸੀ। ਚਾਚੀ ਨਿੱਕੀ ਜਿਹੀ ਗੱਲ ਹੁੰਦੀ ਹੈ ਨਾ, ਐਡੀ ਵੱਡੀ ਗੱਲ ਬਣਾ ਦਿੰਦੇ, ਝੱਟ ਮੈਨੂੰ ਇੱਥੇ ਛੱਡ ਜਾਂਦੇ ਆ। ਘਰਾਂ ਦੇ ਵਿੱਚ ਗੱਲਾਂ ਭਲਾ ਨਹੀਂ ਹੁੰਦੀਆਂ, ਤੁਸੀਂ ਦੱਸੋ ਜਾਂ ਤੁਹਾਡੇ ਨਹੀਂ ਹੁੰਦੀ ਜਾਂ ਹੋਰ ਕਿਸੇ ਨਹੀਂ ਹੁੰਦੀ। ਚੱਲ ਇਹ ਤਾਂ ਮੰਨਿਆ, ਘਰਾਂ 'ਚ ਨਿੱਕੀ ਮੋਟੀ ਗੱਲ ਹੋ ਹੀ ਜਾਂਦੀ ਆ। ਇਹ ਥੋੜ੍ਹਾ ਵੀ ਉੱਠੇ ਤੇ ਬੈਗ ਭਰਿਆ ਕੱਪੜਿਆਂ ਦਾ ਤੇ ਛੱਡ ਗਿਆ, ਇਹਨੂੰ ਰੱਖੋ ਤੁਸੀਂ, ਇਹਨੂੰ ਰੱਖੋ ਤੁਸੀਂ। ਆਪਣੀਆਂ ਗੱਲਾਂ ਨਹੀਂ ਨਾ ਕੋਈ ਵੀ ਦੱਸਦਾ, ਦੂਜਿਆਂ ਦੀਆਂ ਝੱਟ ਦੱਸ ਦੇਣੀਆਂ ਹੁੰਦੀਆਂ। ਆਪਣੀ ਉਹਨੇ ਕੋਈ ਦੱਸੀ ਆ? ਭੈਣ ਜੀ ਆਪਣੀਆਂ ਉਹਨੇ ਵਿਚਾਰੇ ਨੇ ਕੀ ਦੱਸਣੀਆਂ ਵਾ, ਸਾਰਾ ਦਿਨ ਤੇ ਉਹ ਬਾਹਰ ਰਹਿੰਦਾ ਕੰਮ ਤੇ, ਆਣ ਕੇ ਉਹ ਦੋ ਟਿੱਕੀਆਂ ਮੰਗਦਾ ਦੇ ਤੋਂ ਲੜਾਈ ਹੋ ਜਾਂਦੀ ਹੈ। ਚਾਚੀ ਐਡੀ ਵੀ ਕੋਈ ਗੱਲ ਨਹੀਂ ਹੋਈ ਸੀ, ਗੱਲ ਸਿਰਫ ਇਹ ਸੀ ਕਿ ਸਬਜ਼ੀ ਨਹੀਂ ਸੀ ਬਣੀ ਤੇ ਮੈਂ ਕਿਹਾ ਚੱਲ ਕੋਈ ਨਹੀਂ, ਜੇ ਨਹੀਂ ਸਬਜ਼ੀ ਬਣੀ ਤੇ ਮੈਂ ਚਾਹ ਬਣਾਉਣੀ ਤੇ ਚਾਹ ਚਾਰ ਨਾਲ ਰੋਟੀ ਖਾ ਲਓ, ਬਸ ਇਹੀ ਉਹ ਗੱਲ ਹੋਈ ਤੇ ਬੈਗ ਭਰ ਕੇ ਮੈਨੂੰ ਇੱਥੇ ਛੱਡ ਗਏ। ਮੈਨੂੰ ਇਹਦੇ ਕੰਮ ਨਹੀਂ ਚੰਗੇ ਲੱਗਦੇ, ਘਰਾਂ 'ਚ ਤਾਂ ਨਿੱਕੀਆਂ ਮੋਟੀਆਂ ਹੋ ਹੀ ਜਾਂਦੀਆਂ ਵਾ, ਉੱਠਦਾ ਆ ਰੱਖ ਲਓ ਕੁੜੀ ਰੱਖ ਲਓ ਕੁੜੀ, ਮੈਨੂੰ ਨਹੀਂ ਇਹਦਾ ਸੁਭਾਅ ਚੰਗਾ ਲੱਗਦਾ। ਚਾਚੀ ਜੀ ਜੇ ਤੁਹਾਨੂੰ ਪਤਾ ਸੀ ਉਹਦਾ ਸੁਭਾਅ ਇੱਦਾਂ ਦਾ, ਤੁਸੀਂ ਕਿਉਂ ਮੇਰਾ ਰਿਸ਼ਤਾ ਉੱਥੇ ਕਰਵਾਇਆ? ਗਲਤੀ ਤਾਂ ਸਾਰੀ ਤੁਹਾਡੀ ਆ ਨਾ। ਨਹੀਂ ਉਦੋਂ ਵੀ ਤੁਸੀਂ ਮਾਵਾਂ ਧੀਆਂ ਤਰਲੇ ਲੈਂਦੀਆਂ ਸੀ ਵੀ ਰਿਸ਼ਤਾ ਕਰਾ, ਬੜਾ ਸੋਹਣਾ ਮੁੰਡਾ ਲੱਭ ਕੇ ਦਿੱਤਾ ਤੁਹਾਨੂੰ, ਨਾਲੇ ਮੈਂ ਕੀ ਵਿੱਚੋਂ ਖਾ ਲਿਆ ਵਾ, ਬੜਾ ਸੋਹਣਾ ਤੁਹਾਨੂੰ ਮੁੰਡਾ ਲੱਭ ਕੇ ਦਿੱਤਾ, ਹੁਣ ਤੇ ਇੱਥੇ ਹੀ ਆ, ਇਹਨੇ ਇੱਥੇ ਰਹਿਣਾ ਕਿ ਉੱਥੇ ਜਾਣਾ? ਭੈਣ ਜੀ ਜ਼ਬਾਨ ਅੰਦਰ ਰੱਖ ਕੇ ਤੇ ਕੰਮ ਕਰਿਆ ਕਰੇ ਹਾਂ, ਇਹਨੂੰ ਕੀ ਆ, ਕੰਮ ਹੀ ਨ਀ ਕਰਦੀ ਉੱਥੇ, ਅਜੇ ਤੋਂ ਇਕੱਲਾ ਕਾਰਾ ਵਾ, ਜੇ ਮਾਂ ਪਿਓ ਹੁੰਦਾ ਤੇ ਫੇਰ ਵੀ ਤੇ ਕਰਨਾ ਹੀ ਨਾ, ਅਜੇ ਤੋਂ ਇਕੱਲਾ ਕਾਰਾ ਵਾ, ਜੇ ਮਾਂ ਪਿਓ ਹੁੰਦਾ ਤੇ ਫੇਰ ਇਹ ਕੀ ਕਰਦੀ? ਤੁਸੀਂ ਨਾ ਇਹਨੂੰ ਸਮਝਾਓ, ਉਹਨੇ ਮੈਨੂੰ ਆਪ ਕਿਹਾ ਵਾ ਵੀ ਤੁਸੀਂ ਆਣ ਕੇ ਵੇਖ ਲਓ, ਗੋਡੇ ਗੋਡੇ ਖਲਾਰਾ ਪਿਆ ਵਾ, ਕੰਮ ਤੇ ਹੁਣ ਇਹਨੇ ਹੀ ਕਰਨਾ, ਹੋਰ ਤਾਂ ਨਹੀਂ ਕਿਸੇ ਨੇ ਕਰਨਾ, ਜੇ ਤੇ ਇਹਨੂੰ ਵਸਾਉਣਾ ਜੇ ਨਾ ਤੇ ਇਹਨੂੰ ਕਹੋ ਵੀ ਜ਼ਬਾਨ ਕੰਟਰੋਲ 'ਚ ਰੱਖ ਕੇ ਕੰਮ ਕਰਿਆ ਕਰੇ। ਆਹ ਵੇਖੋ ਤੁਹਾਡੇ ਗਾੜੀ ਜੋੜੇ ਹੱਥ, ਮੈਨੂੰ ਨਾ ਤੇ ਜਗ ਦਿਨ ਫੋਨ ਲਾ ਕੇ ਸੱਦਿਆ ਕਰੋ, ਮੈਨੂੰ ਤੇ ਆਉਂਦੀ ਸ਼ਰਮ, ਵਸਣਾ ਤੇ ਹੁਣ ਇਹਨੇ ਆ ਨਾ, ਵਸਣਾ ਤੇ ਇਹਨੂੰ ਨਹੀਂ ਆਉਣ ਡਿਆ। ਹੁਣ ਭੈਣ ਜੀ ਉੱਦਾਂ ਇਹ ਗੱਲ ਦਾ ਗੁੱਸਾ ਨਾ ਕਰਿਓ, ਤੁਸੀਂ ਰਾਜਵਿੰਦਰ ਨੂੰ ਆਉਂਦੇ ਹੁੰਦੇ ਸੀ ਨਾ ਵਸਣਾ ਨਹੀਂ ਇਹਨੇ, ਤੇ ਵਸਣਾ ਤੇ ਇਹਨੂੰ ਨਹੀਂ ਆਉਣ ਡਿਆ। ਲੈ ਮੰਮੀ ਇਹ ਵੱਖਰੀ ਸਾਡੇ ਤੇ ਔਖੀ ਹੋਈ ਫਿਰਨ ਡੇ ਆ। ਜੇ ਇਸ ਗੱਲ ਤੇ ਤੂੰ ਚੰਗੀ ਹੋਵੇ ਨਾ ਤੇ ਕੋਈ ਗੱਲ ਹੋਵੇ ਹੀ ਨਾ, ਤੇ ਨਾ ਮੈਨੂੰ ਆਂਢ ਗੁਆਂਢ ਦੀਆਂ ਸੁਣਨੀਆਂ ਪੈਣ ਤੇ ਨਾ ਇਹਦੀਆਂ ਸੁਣਨੀਆਂ ਪੈਣ। ਮੈਂ ਨਹੀਂ ਹੁਣ ਤੈਨੂੰ ਕੁਛ ਵੀ ਸਮਝਾਉਣਾ, ਮੇਰੇ ਵੱਲੋਂ ਜਾ ਨਾ ਜਾ, ਇੱਥੇ ਪਕਾਈ ਜਾ ਤੇ ਖਾਈ ਜਾ ਤੇ ਮੈਂ ਵੀ ਖਾਈ ਜਾਂਦੀ ਹਾਂ। ਹੈਨੀ ਚੁੱਕਿਆ ਵਿੱਕੀ ਨੇ ਫੋਨ? ਮੰਮੀ ਨਹੀਂ ਚੁੱਕਦੇ ਫੋਨ। ਤੇ ਹੁਣ ਬੈਠੀ ਆ ਨਾ ਮੂੰਹ ਲਟਕਾ ਕੇ, ਤੇ ਜੇ ਇਹੋ ਜ਼ਬਾਨ ਅੰਦਰ ਰੱਖਦੀ ਇੱਥੋਂ ਤੱਕ ਤਾਂ ਨਾ ਕੰਮ ਪਹੁੰਚਦਾ, ਹੁਣ ਬੈਠੀ ਰਹਿ, ਉਹਨੇ ਨੀ ਗਾ ਖੜਨਾ, ਜੇ ਖੜਨਾ ਹੁੰਦਾ ਤਾਂ ਉਹਨੇ ਆ ਜਾਣਾ ਸੀ, ਹੁਣ ਮੂੰਹ ਕਰ ਛੱਡਦੀ ਆ ਹੋਰ ਤਰ੍ਹਾਂ ਦਾ ਤੇ ਬੈਠੀ ਰਹਿੰਦੀ ਆ। ਸਤਿ ਸ਼੍ਰੀ ਅਕਾਲ ਤਾਈ ਜੀ।
जबान बड़ी लम्मी धीए इदा थोड़ा करी दा सोहरे जाके सोहरे से जाके तो बड़ी हलीमी ना टाइम पास होंगे ने इदा नहीं करी दा पेक्या वाला हिसाब नहीं होंगे सोहरे अजकल जमाने का पेक्या वाला हिसाब आ जी जबान पेके चला सोहरे चलाई जाना नहीं ना पता भी अजकल मुंडिया चो भी गुस्सा है धीए अपने आप न बदलना पैंदा वा बदलिए तो फिर टाइम पास होंगे ने अड़िए तुम मेरे को भी लका रखिया होर महीने तक सारे पिंड च पता लगता फिर बहुत ही वधिया गल हैगी तू मेरे को ना इदा लका रख दे तो मैं मसला हल रख दे कर दिंदी लका भैन जी की रखना आ मैं तो आखा चल दो चार दिन गुस्सा आ तो छड़ गया इनू गुस्से ना तो आपे आके लै जूगा मैनू की पता उन्हें हूँ लैन ही नहीं आना अड़िए कई बड़े अड़ब होंगे मुंडे नहीं आखे ला मनते होंगे गल न जो कुड़ियाँ इदा बोलन ना अगे तो फिर वो मुंडे भी फिर अपने ही विखालते होंगे आ गल तो यो ही आ ਇਹ ਜ਼ਬਾਨ ਨਹੀਂ ਚਲਾਉਣਾ ਹਟਦੀ ਉਹ ਹੁਣ ਗੁੱਸੇ ਨਾਲ ਛੱਡ ਗਿਆ ਵੀ ਇਹਨੂੰ ਰੱਖੋ ਇਹੋ ਕਰਕੇ ਦੇਖਣ ਨੇ ਵੀ ਇਹਨਾਂ ਨੂੰ ਚਾਹੀਦਾ ਆਪਣੇ ਆਪ ਦੇ ਸੁਭਾਵਾਂ ਨੂੰ ਬਦਲਣਾ ਨਹੀਂ ਨਾ ਬਦਲਦਾ ਅੱਜ ਕੱਲ੍ਹ ਦਾ ਜ਼ਮਾਨਾ ਬਹੁਤ ਬੋਲਦੀਆਂ ਵਾ ਸਹੁਰੇ ਹੋਰ ਹੋਈਦਾ ਤੇ ਵੇਖੇ ਹੋਰ ਹੋਈਦਾ ਵਾ ਤੂੰ ਮੈਨੂੰ ਫੋਨ ਲਾ ਕੇ ਦੇ ਮੈਂ ਫੋਨ ਕਰਨੀ ਆ ਨਾ ਵਿੱਕੀ ਨੂੰ ਭਲਾ ਕਿਉਂ ਨਾ ਮੇਰੀ ਮੰਨੂਗਾ ਤਾਈ ਜੀ ਵਿੱਕੀ ਫੋਨ ਹੀ ਨਹੀਂ ਚੁੱਕਦੇ ਫੋਨ ਨਹੀਂ ਚੁੱਕਦਾ ਤੇ ਗੱਲ ਸੁਣੋ ਮੇਰੀ ਅਜੇ ਵੀ ਕੋਈ ਡੁੱਲਿਆ ਬੇਰਾ ਦਾ ਕੁਛ ਨਹੀਂ ਵਿਗੜਿਆ ਹੈਗਾ ਇੱਦਾਂ ਕਰੀਏ ਵੀ ਮੈਂ ਚੱਲਦੀ ਹਾਂ ਤੁਹਾਡੇ ਨਾਲ ਘਰ ਦੀ ਗੱਲ ਘਰ 'ਚ ਰਹਿ ਜਾਏਗੀ ਮੈਂ ਉਹਨੂੰ ਉੱਥੇ ਜਾ ਕੇ ਤੇ ਸਮਝਾ ਕੇ ਆਉਂਦੀ ਹਾਂ ਅਤੇ ਮੈਂ ਚੱਲੀ ਹਾਂ ਗੁਰਦੁਆਰੇ ਤੇ ਮੈਂ ਕੱਪੜੇ ਤੇ ਪਾਏ ਹੀ ਆ ਅਤੇ ਤੁਸੀਂ ਵੀ ਤਿਆਰ ਹੋਵੋ ਤੇ ਚਲੋ ਚੱਲੀਏ ਤੁਹਾਡਾ ਕੀ ਰਾਦਾ ਵੀ ਇਹਨੂੰ ਛੱਡ ਆਈਏ ਇਹਨੂੰ ਛੱਡ ਆਈ ਜਾਂ ਪਹਿਲਾਂ ਗੱਲਬਾਤ ਕਰ ਰਹੀ ਜਿੱਦਾਂ ਕਰਨਾ ਤੁਸੀਂ ਤਾਂ ਵੇਖ ਲਓ ਜੇ ਇਕੱਲੀ ਨੂੰ ਇਕੱਲੀਆਂ ਅਸੀਂ ਦੋਵੇਂ ਚੱਲ ਜਾਂਦੀਆਂ ਅਤੇ ਜਾਂ ਇਹਨੂੰ ਵੀ ਨਾਲ ਲੈ ਜਾਂਦੀ ਹਾਂ ਨਹੀਂ ਇਹਨੂੰ ਨਾਲ ਹੀ ਲੈ ਚੱਲਦੇ ਹਾਂ ਭੈਣ ਜੀ ਛੱਡ ਆਉਂਦੇ ਹਾਂ ਇਹਨੂੰ ਆਹੋ ਤੇ ਚੱਲ ਤੁਹਾਡੇ ਆ ਕੇ ਆ ਵਿੱਕੀ ਨੇ ਨਹੀਂ ਮੋੜਨਾ ਮੈਨੂੰ ਲੱਗਦਾ ਇਹਨੂੰ ਵੀ ਸਮਝਾਉਂਦੇ ਹਾਂ ਅਤੇ ਉਹਨੂੰ ਵੀ ਸਮਝਾਉਂਦੇ ਹਾਂ ਅਤੇ ਚੱਲ ਇਹਨੂੰ ਛੱਡ ਆਈਏ ਫਿਰ ਤਾਈ ਜੀ ਉਹਨਾਂ ਨੇ ਨਹੀਂ ਮੰਨਣਾ ਹੈਗਾ ਚੱਲ ਨਾ ਮੰਨਣਗੇ ਤਾਂ ਘਰ ਨੂੰ ਤੇ ਘਰ ਨੂੰ ਆ ਜਾਵਾਂਗੇ ਆਪਾਂ ਕੋਈ ਨਹੀਂ ਹੁਣ ਤੈਨੂੰ ਬਿਠਾ ਥੋੜ੍ਹੀ ਇੱਥੇ ਛੱਡਣਾ ਵਾ ਮੈਂ ਵਿਆਹੀ ਆ ਤੂੰ ਕੁਆਰੀ ਨੀਗੀ ਨਹੀਂ ਅਜੇ ਤਾਂ 15 ਦਿਨ ਹੀ ਹੋਏ ਆ ਜੇ ਪੰਚਾਇਤਾਂ 'ਤੇ ਗੱਲ ਚੱਲ ਗਈ ਨਾ ਤਾਂ ਜ਼ਿਆਦਾ ਖਿਲਾਰੇ ਪੈ ਜਾਣੇ ਆ ਅਤੇ ਇੱਦਾਂ ਕਰੀਏ ਵੀ ਹੁਣੇ ਚੱਲੀਏ ਅਤੇ ਜਾ ਕੇ ਤਾਂ ਕੰਮ ਨਿਬੇੜ ਆਈਏ ਭੈਣ ਜੀ ਗੱਲ ਤਾਂ ਤੁਹਾਡੀ ਠੀਕ ਵਾ ਮੁੜ ਕੇ ਖਿਲਾਰੇ ਨਹੀਂ ਗੇ ਇਕੱਠੇ ਹੁੰਦੇ ਨਹੀਂ ਇਕੱਠੇ ਹੁੰਦੇ ਹੈਗੇ ਅਤੇ ਇਹ ਤੋਂ ਬਿਹਤਰ ਹੈ ਵੀ ਕੰਮ ਮੁਕਾ ਆਈਏ ਚਲੋ ਜਾਂਦੇ ਹਾਂ ਤਾਂ ਛੱਡ ਆਉਂਦੇ ਚਲੋ ਹੋਵੋ ਤਿਆਰ ਚੱਲੀਏ ਫਿਰ ਚਲੋ ਫਿਰ ਠੀਕ ਹੈ ਵਿੱਕੀ ਸੁੱਤਾ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਨੀਂਦ ਆਈ ਹੈ ਹਾਂਜੀ ਪਾਣੀ ਲਿਆਵਾਂ ਨਹੀਂ ਪਾਣੀ ਵੇ ਪੁੱਤ ਇਹੋ ਜਿਹੀ ਵੀ ਕਿਹੜੀ ਗੱਲ ਹੋ ਗਈ ਜਿਹੜੇ ਤੂੰ ਕੁੜੀ ਨੂੰ ਉੱਥੇ ਛੱਡ ਆਇਆ ਗੁੱਸੇ ਨਾਰਾਜ਼ਗੀਆਂ ਤਾਂ ਹੁੰਦੀਆਂ ਰਹਿੰਦੀਆਂ ਇਹ ਥੋੜ੍ਹਾ ਵੀ ਤੁਸੀਂ ਅੱਡੋ ਪਾਰਟੀ ਹੋ ਜਾਣਾ ਤਾਈ ਜੀ ਮੈਂ ਤਾਂ ਨਹੀਂ ਚਾਹੁੰਦਾ ਕਿ ਅਸੀਂ ਅੱਡੋ ਪਾਠ ਹੋਈਏ ਪਰ ਜਿੰਨੀ ਕਿਹਨੂੰ ਅਕਲ ਆ ਨਾ ਇਹਦੀ ਅਕਲ ਨੇ ਸਾਨੂੰ ਅੱਡੋ ਪਾਠ ਕਰਾ ਤਾ ਚੱਲ ਪੁੱਤ ਨਿਆਣ ਸਿਆਣੇ ਆ ਛੱਡ ਹੁਣ ਗੁੱਸੇ ਨੂੰ ਮੰਮੀ ਮੰਨਿਆ ਕਿ ਇਹ ਨਿਆਣ ਸਿਆਣ ਹੋਊਗੀ ਕੰਮਾਂ ਕਾਰਾਂ ਵਾਸਤੇ ਪਰ ਜਿੱਡੀ ਤਿੱਖੀ ਇਹਦੀ ਜ਼ਬਾਨ ਆ ਨਾ ਇਹ ਨਿਆਣ ਸਿਆਣ ਨਹੀਂ ਹੈਗੀ ਲੈ ਜਾਓ ਤੁਸੀਂ ਇਹਨੂੰ ਮੈਂ ਇਕੱਲਾ ਹੀ ਚੰਗਾ ਇੱਥੇ ਨਾ ਪੁੱਤ ਇੱਦਾਂ ਦੀਆਂ ਗੱਲਾਂ ਨਹੀਂ ਕਰੀ ਦੀਆਂ ਇਹਨੂੰ ਹੁਣ ਮੈਂ ਬਥੇਰਾ ਸਮਝਾ ਕੇ ਲਿਆਈ ਹਾਂ ਹੁਣ ਨਹੀਂ ਅੱਗੇ ਤੋਂ ਕੋਈ ਇਹੋ ਜਿਹੀ ਗਲਤੀ ਕਰਦੀ ਪੁੱਤ ਮੇਰੀ ਆਈ ਦਾ ਮਾਣ ਤਾਨ ਰੱਖ ਲਾ ਮੈਂ ਵੀ ਤੇਰੀ ਮਾਵਾਂ ਵਰਗੀ ਹਾਂ ਜੇ ਤਾਂ ਛੱਡੋ ਤਾਂ ਪਿਆਰ ਨਾ ਰਵੋ ਤਾਈ ਜੀ ਤੁਸੀਂ ਕਹਿਣ ਡੇ ਜੇ ਬੜਾ ਸਮਝਾ ਕੇ ਲਿਆਂਦੀ ਆ ਜੇ ਇੰਨੀ ਸਮਝਦਾਰ ਹੁੰਦੀ ਹੁਣ ਜਾ ਕੇ ਚਾਹ ਪਾਣੀ ਨਾ ਬਣਾਉਂਦੀ ਕਿ ਉਹ ਵੀ ਮੈਂ ਬਣਾ ਕੇ ਲਿਆਵਾਂ ਅਜੇ ਤੱਕ ਸਰਾਣੇ ਬੈਠੀ ਜੇ ਵੇਖ ਲਓ ਬਸ ਇਹਨਾਂ ਕੰਮਾਂ ਦੀ ਲੜਾਈ ਜੇ ਸਾਡੇ ਘਰ ਜੇ ਇਹਨਾਂ ਗੱਲਾਂ ਨੂੰ ਇਹ ਸਮਝੇ ਤਾਂ ਲੜਾਈ ਹੋਵੇ ਹੀ ਨਾ ਇਹ ਜਨਾਨੀ ਹੋ ਗਈ ਨਹੀਂ ਕੰਮ ਸਮਝਦੀ ਮੈਂ ਬੰਦਾ ਹੋ ਗਿਆ ਸਾਰੇ ਕੰਮ ਇਹਨੂੰ ਸਮਝਾਉਂਦਾ ਰਹਿੰਦਾ ਵੀ ਇੱਦਾਂ ਕਰ ਇੱਦਾਂ ਕਰ ਮੇਰਾ ਤਾਂ ਆਪਣਾ ਦਿਮਾਗ ਖਰਾਬ ਹੋ ਚੱਲਿਆ ਇਹਨੂੰ ਸਮਝਾ ਸਮਝਾ ਕੇ ਪੁੱਤ ਤੂੰ ਫਿਕਰ ਨਹੀਂ ਕਰਨਾ ਕਿਸੇ ਗੱਲ ਦਾ ਇਹਨੂੰ ਅਸੀਂ ਬੜਾ ਸਮਝਾਇਆ ਹੁਣ ਸਾਰੇ ਘਰ ਦੇ ਕੰਮ ਇਹ ਨਾ ਬੜੇ ਵਧੀਆ ਕਰੂਗੀ ਚਲੋ ਤੁਸੀਂ ਕਹਿੰਦੇ ਤਾਂ ਮੰਨ ਲੈਂਦੇ ਹਾਂ ਉਹਦਾ ਯਕੀਨ ਜਿਆਦਾ ਨਹੀਂ ਆਉਂਦਾ ਨਹੀਂ ਹੁਣ ਤੂੰ ਯਕੀਨ ਕਰੀ ਭੈਣ ਜੀ ਤੂੰ ਤੇ ਵਾਂਗੂ ਸਮਝਾ ਕੇ ਲਿਆਏ ਆ ਅਤੇ ਹੁਣ ਤੈਨੂੰ ਵੀ ਸਮਝਾਤਾ ਅਤੇ ਉਹਨੂੰ ਵੀ ਸਮਝਾਤਾ ਰਲ ਮਿਲ ਕੇ ਰਵੋ ਹੁਣ
ਆ ਵਧੀਆ ਪ੍ਰੇਮ ਪਿਆਰ ਨਾਲ ਰਿਓ ਭੈਣ ਜੀ ਅਸੀਂ ਹੁਣ ਚੱਲੀਏ ਬਹਿ ਜਾਓ ਨਹੀਂ ਪੀ ਕੇ ਜਾਇਓ ਨਹੀਂ ਨਹੀਂ ਅਸੀਂ ਚੱਲਦੇ ਹਾਂ ਚੱਲੀਏ ਹੁਣ ਫਿਰ ਅਸੀਂ ਘਰ ਵੀ ਵੇਖਣਾ ਮਾਲ ਡੰਗਰ ਦਾ ਵੀ ਹੁਣ ਨਾ ਕੋਈ ਲਾਮਾ ਲੁਮਾ ਆਵੇ ਤੁਹਾਡਾ ਹੁਣ ਮੈਂ ਕੀ ਕਹਾਂ ਤੁਹਾਨੂੰ ਸਿਆਣੀਆਂ ਬਿਆਣੀਆਂ ਨੂੰ ਜਦੋਂ ਤੁਸੀਂ ਹੁਣ ਛੱਡਣ ਹੀ ਆ ਗਈਆਂ ਵਿੱਕੀ ਸਿਆਂ ਇਹ ਤਾਂ ਹੁਣ ਗੱਲ ਪਿਆ ਢੋਲਦੇ ਨੂੰ ਵਜਾਉਣਾ ਹੀ ਪੈਣਾ ਸਾਰੀ ਉਮਰ ਭਾਵੇਂ ਹੱਸ ਕੇ ਵਜਾ ਅਤੇ ਭਾਵੇਂ ਰੋ ਕੇ ਵਜਾ